ਅਸੀਂ ਅੱਜ ਗਵਰਨਰ ਸਾਹਿਬ ਨੂੰ ਮਿਲੇ ਹਾਂ। ਮੇਰੇ ਨਾਲ ਚੀਫ ਸੈਕਟਰੀ ਵੀ ਆਏ ਸੀ। ਜਿਹੜੇ ਵਿਧਾਨ ਸਭਾ 'ਚ ਅਸੀਂ ਬਿੱਲ ਪਾਸ ਕੀਤੇ ਸੀ ਉਹਨਾਂ 'ਚੋਂ 12 ਬਿੱਲ ਗਵਰਨਰ ਸਾਹਿਬ ਵੱਲੋਂ ਸਾਨੂੰ ਪਾਸ ਕਰਕੇ ਵਾਪਸ ਨਹੀਂ ਭੇਜੇ ਗਏ, ਜਿਹਦੇ ਕਰਕੇ ਸਾਡੇ ਕੰਮ ਰੁਕੇ ਹੋਏ ਹੈ, ਜਿਹਦੇ ਵਿੱਚ ਜਿਹੜੇ ਗੌਰਮੈਂਟ ਇੰਪਲਾਈ ਕੰਟਰੈਕਟ ਬੇਸ 'ਤੇ ਆ ਉਹਨਾਂ ਨੂੰ ਪੱਕੇ ਕਰਨ ਦਾ ਵੀ ਬਿੱਲ ਹੈ, ਉਹ ਅਜੇ ਤੱਕ ਗਵਰਨਰ ਸਾਹਿਬ ਵੱਲੋਂ ਵਾਪਸ ਨਹੀਂ ਭੇਜਿਆ ਗਿਆ। ਅਤੇ ਇਸੇ ਤਰ੍ਹਾਂ 12 ਬਿੱਲ ਹੈ ਜਿਹੜੇ ਕਿ ਕਾਨੂੰਨ ਬਣਾਏ ਆ, ਅਸੀਂ ਉਹਨਾਂ ਨੂੰ ਕਾਨੂੰਨ ਬਣਾ ਕੇ ਇਹਨਾਂ ਨੇ ਵਾਪਸ ਭੇਜਣਾ ਹੁੰਦਾ, ਸਾਨੂੰ ਅਜੇ ਭੇਜੇ ਨਹੀਂ। ਇਸ ਕਰਕੇ ਅਸੀਂ ਗਵਰਨਰ ਸਾਹਿਬ ਨੂੰ ਅੱਜ ਮਿਲਣ ਆਏ ਹਾਂ ਅਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜੇ ਬਿੱਲ ਹੈ ਸਾਨੂੰ ਛੇਤੀ ਭੇਜੇ ਜਾਣ। ਉਹਨਾਂ ਨੇ ਕਿਹਾ ਮੈਂ ਸੋਮਵਾਰ ਤੋਂ ਇਹਨਾਂ ਨੂੰ ਦੇਖ ਕੇ ਭੇਜਾਂਗਾ, ਕਦੋਂ ਭੇਜਣਗੇ ਸਾਨੂੰ ਅਜੇ ਪਤਾ ਨਹੀਂ, ਲੇਕਿਨ ਅਸੀਂ ਆਪਣੇ ਵੱਲੋਂ ਬੇਨਤੀ ਕੀਤੀ ਕਿ ਇਲੈਕਸ਼ਨ ਕੋਡ ਲੱਗਣ ਵਾਲਾ, ਅਸੀਂ ਇਹਨਾਂ ਨੂੰ ਛੇਤੀ ਕਰਨਾ ਚਾਹੁੰਦੇ, ਸਾਨੂੰ ਛੇਤੀ ਦਿੱਤੇ ਜਾਣ। ਇਹਦੇ ਵਿੱਚ ਪੰਜਾਬ ਵਨ ਟਾਈਮ ਵੋਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ ਬਿਲਡਿੰਗ ਕੰਸਟਰਕਟਡ ਇਨ ਵਾਇਓਲੇਸ਼ਨ ਆਫ ਦਾ ਬਿਲਡਿੰਗ ਬਾਈ ਲਾਸ ਬਿੱਲ 2021, ਪੰਜਾਬ ਫਿਜੀਕਲ ਰਿਸਪੋਂਸੀਬਿਲਟੀ ਐਂਡ ਬਜਟ ਮੈਨੇਜਮੈਂਟ ਬਿੱਲ 2021, ਦਾ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲੇਸ਼ਨ ਆਫ ਕੰਟਰੈਕਚੁਅਲ ਇੰਪਲਾਈਜ਼ ਬਿੱਲ, ਜਿਹੜਾ ਮੈਂ ਤੁਹਾਨੂੰ ਕਿਹਾ ਕਿ ਕੰਟਰੈਕਚੁਅਲ ਇੰਪਲਾਈਜ਼ ਨੂੰ ਪੱਕੇ ਕਰਨਾ, ਉਹ ਬਿੱਲ ਵੀ ਵਿੱਚ ਹੈ। ਉਸ ਤੋਂ ਬਾਅਦ ਪੰਜਾਬ ਫਰੂਟ ਨਰਸਰੀਜ਼ ਅਮੈਂਡਮੈਂਟ ਬਿੱਲ, ਪੰਜਾਬ ਇੰਸਟੀਟਿਊਸ਼ਨ ਐਂਡ ਅਦਰ ਬਿਲਡਿੰਗਸ ਟੈਕਸ ਬਿੱਲ, ਪੰਜਾਬ ਕੰਟਰੈਕਟ ਫਾਰਮਿੰਗ ਬਿੱਲ, ਜਿਹੜਾ ਬਾਦਲਾਂ ਨੇ ਕੰਟਰੈਕਟ ਫਾਰਮਿੰਗ ਦਾ ਬਿੱਲ ਬਣਾਇਆ ਸੀ ਜਿਹਨੂੰ ਅਸੀਂ ਰੱਦ ਕੀਤਾ, ਉਹਦਾ ਵੀ ਬਿੱਲ ਰੱਦ ਹੋ ਕੇ ਆਉਣਾ। ਇਸੇ ਤਰ੍ਹਾਂ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ, ਪੰਜਾਬ ਰਾਈਟ ਟੂ ਬਿਜਨਸ ਬਿੱਲ, ਪੰਜਾਬ ਆਫੀਸ਼ੀਅਲ ਲੈਂਗੁਏਜ ਬਿੱਲ, ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਬਿੱਲ, ਪੰਜਾਬ ਅਫੀਲੀਏਟਡ ਕਾਲਜ ਬਿੱਲ 2021, ਦਾ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਬਿੱਲ। ਇਹ 12 ਬਿੱਲ ਹੈ ਜਿਹੜੇ ਅਸੀਂ ਐਤਕੀ ਵਿਧਾਨ ਸਭਾ 'ਚ ਬਣਾ ਕਾਨੂੰਨ ਬਣਾਏ ਸੀ, ਉਹਨਾਂ ਦੇ ਬਾਰੇ ਵਿੱਚ ਅਸੀਂ ਆ ਕੇ ਅਜੇ ਸਾਰੇ ਇੰਟੈਲੀਜੈਂਸ ਏਜੰਸੀਆਂ ਨੂੰ ਅਸੀਂ ਸੁਣਾਂਗੇ ਬੈਠ ਕੇ ਉਹਦੇ ਬਾਰੇ 'ਚ, ਜੋ ਪੰਜਾਬ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਅਸੀਂ ਮੀਟਿੰਗ ਕਰ ਰਹੇ ਹਾਂ। ਪੰਜਾਬ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਕਿ ਇੱਕ ਤੋਂ ਬਾਅਦ ਪਹਿਲਾਂ ਬੇਅਦਬੀਆਂ ਹੁੰਦੀਆਂ, ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਉਂਦਾ ਕੁਛ ਹੋਰ। ਇਹ ਇੱਕ ਕੋਈ ਵੱਡਾ ਸ਼ਡਿਅੰਤਰ ਹੈ ਜਿਹਦੇ ਨਾਲ ਇਸ ਤਰ੍ਹਾਂ ਦੇ ਇਲੈਕਸ਼ਨ ਤੋਂ ਪਹਿਲਾਂ ਬੰਗਾਲ ਦੇ ਵਿੱਚ ਵੀ ਘਟਨਾਵਾਂ ਹੋਈਆਂ ਸੀ, ਜਦੋਂ ਇਲੈਕਸ਼ਨ ਆਇਆ ਹੈ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਹੋਣ ਲੱਗੀਆਂ, ਅਤੇ ਸਾਨੂੰ ਅਸੀਂ ਕਈ ਤਰ੍ਹਾਂ ਦੇ ਨਾਲ ਕੰਮ ਕਰ ਰਹੇ ਹਾਂ, ਜਿਹਦੇ ਵਿੱਚ ਨਸ਼ਿਆਂ ਦੇ ਸੌਦਾਗਰਾਂ ਦੇ ਖਿਲਾਫ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਇਹ ਘਟਨਾਵਾਂ ਸ਼ੁਰੂ ਹੋਈਆਂ। ਅਤੇ ਦੂਸਰਾ, ਚੋਣਾਂ ਨੂੰ ਦੇਖ ਕੇ ਵੀ ਹੋ ਸਕਦਾ ਹੈ ਕੁਛ ਏਜੰਸੀਆਂ ਇਹਦੇ 'ਤੇ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੋਣ, ਕੁਛ ਏਜੰਸੀਆਂ ਚਾਹੁੰਦੀਆਂ ਹੈ ਕਿ ਪੰਜਾਬ 'ਚ ਨਫ਼ਰਤ ਫੈਲਾ ਕੇ ਚੋਣ ਜਿੱਤੀ ਜਾਵੇ, ਕੁਝ ਏਜੰਸੀਆਂ ਚਾਹੁੰਦੀਆਂ ਕਿ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਵੋਟਾਂ ਪਵਾਈਆਂ ਜਾਣ। ਇਹ ਸਾਰਾ ਕੁਛ ਇਲੈਕਸ਼ਨ ਕਰਕੇ ਵੀ ਚੱਲ ਰਿਹਾ ਹੈ, ਅਸੀਂ ਇਹਦੀ ਘੋਖ ਕਰ ਰਹੇ ਹਾਂ ਕਿਆ ਕਿਆ ਹੈ ਇਹਦੇ ਵਿੱਚ, ਅਤੇ ਜਿਵੇਂ ਵੀ ਹੋਏਗਾ ਅਸੀਂ ਉਸ ਤਰ੍ਹਾਂ ਕਰ ਰਹੇ ਹਾਂ। ਅਕਾਲੀ ਦਲ ਸਿੱਧਾ ਤੌਰ ਤੇ ਇਲਜ਼ਾਮ ਜਿਹੜਾ ਕਿ ਕਾਂਗਰਸ ਦੇ ਉੱਤੇ ਲਾ ਰਿਹਾ, ਕਹਿ ਰਿਹਾ ਜਿਹੜਾ ਸ਼ਰਿਆਂਤਰ ਹੈ ਇਹ ਸਰਕਾਰ ਕਰ ਰਹੀ, ਕਿਉਂਕਿ ਕੋਈ ਗੰਭੀਰ ਨਹੀਂ ਹੈ, ਕੋਈ ਜਿਹੜਾ ਕੀ ਹੈ ਕੋਈ ਸਟੈਪ ਨਹੀਂ ਲਿਆ ਜਾਂਦਾ। 2 ਤਰੀਕ ਨੂੰ ਉਹਨਾਂ ਨੇ ਇਕੱਠ ਨੂੰ ਵੀ ਇਕੱਠ ਵੀ ਬੁਲਾਇਆ ਅਮਰੀਕਾ ਦੇ ਵਿੱਚ, ਕਹਿੰਦੇ 7 ਦਿਨ ਹੋ ਚੁੱਕੇ ਹਜੇ ਤੱਕ ਦੇਖੋ ਕੋਈ ਦੋਸ਼ੀ ਨਹੀਂ ਫੜਿਆ ਗਿਆ। ਦੇਖੋ, ਮੈਂ ਇਹ ਐਲੀਗੇਸ਼ਨ ਸ਼੍ਰੋਮਣੀ ਅਕਾਲੀ ਦਲ ਤੇ ਨਹੀਂ ਲਗਾਉਣਾ ਚਾਹੁੰਦਾ ਸਿੱਧਾ, ਲੇਕਿਨ ਅਸਲੀਅਤ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਨਸ਼ਿਆਂ ਦੀ ਕਾਰਵਾਈ ਜਿਹੜੀ ਕੀਤੀ ਹੈ, ਜਿਸ ਦਿਨ ਤੋਂ ਕੋਰਟ ਨੇ ਸਾਨੂੰ ਕਹਿ ਦਿੱਤਾ ਹੈ ਕਿ ਨਸ਼ਿਆਂ 'ਤੇ ਕਾਰਵਾਈ ਕਰੋ, ਔਰ ਅਸੀਂ ਕਾਰਵਾਈ ਆਰੰਭੀ ਹੈ, FIR ਦਰਜ ਕੀਤੀ ਹੈ। ਅੱਜ ਉੱਧਰ ਮੋਹਾਲੀ ਕੋਰਟ ਦੇ ਵਿੱਚ ਕੇਸ ਦੀ ਸੁਣਵਾਈ ਹੋਈ ਸੀ, ਉਸੇ ਦਿਨ ਉਸੇ ਟਾਈਮ ਲੁਧਿਆਣੇ ਦੇ ਵਿੱਚ ਕੋਰਟ ਦੇ ਵਿੱਚ ਅਟੈਕ ਹੋ ਰਿਹਾ ਹੈ, ਅਤੇ ਉਸ ਤੋਂ ਬਾਅਦ ਹੀ ਦੋਨੋਂ ਹਰਿਮੰਦਰ ਸਾਹਿਬ ਦੇ ਵਿੱਚ ਬੰਦਾ ਐਂਟਰ ਕਰ ਗਿਆ, ਉਸ ਤੋਂ ਬਾਅਦ ਹੀ ਕਪੂਰਥਲੇ ਦੇ ਵਿੱਚ ਹੋ ਗਿਆ। ਇਹਨਾਂ ਨੂੰ ਕਿਸ ਚੀਜ਼ ਦੇ ਨਾਲ ਦੇਖਣਾ ਹੈ, ਇਹ ਸਾਰਾ ਅਸੀਂ ਦੇਖ ਰਹੇ ਹਾਂ, ਇਹ ਪਤਾ ਲੱਗ ਜਾਏਗਾ ਕਿਸ ਦੀ ਸਿਆਸਤ। ਅਜੇ ਲੱਗੇਗਾ ਪਤਾ, ਇਹ ਸਾਡੀ ਕੇਂਦਰ ਦੇ ਨਾਲ ਵੀ ਗੱਲ ਹੋਈ ਹੈ ਕਿ ਆਪਣੀਆਂ ਟੀਮਾਂ ਭੇਜੋ, ਉਹਨਾਂ ਨੇ ਵੀ ਟੀਮਾਂ ਭੇਜੀਆਂ, ਉਹ ਏਜੰਸੀਆਂ ਆ ਰਹੀਆਂ ਇਹਨੂੰ ਚੈੱਕ ਕਰਨ ਵਾਸਤੇ। ਸੈਂਟਰ ਤੋਂ ਤਾਂ ਇਹ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਗੱਲ ਹੋ ਜਾਂਦਾ ਤਾਂ ਸਾਡੇ ਪਾਸ ਜਿਹੜੇ
इक्विपमेंट है नहीं कि आर डी एक्स क्या सी या किस तरह से वह चीज़ा मंगाई जाए तो वह मंगा के चैक हो रहा। थैंक यू।